ਆਤ ਕੀ ਸੀਗੀ ਇਹ ਕਿੱਥੋਂ ਸ਼ੁਰੂ ਹੋਇਆ ਹੈ ਉਪਜਿਆ ਕਿੱਥੋਂ ਹੈ ਓਕੇ ਹੁਣ ਤੁਸੀਂ ਜਿਵੇਂ ਮੈਨੂੰ ਪੁੱਛ ਲਓ ਵੀ ਤੇਰਾ ਫੇਵਰਿਟ ਗਾਣਾ ਕਿਹੜਾ ਵਾ ਤੇ ਮੈਂ ਤੁਹਾਨੂੰ ਦੱਸੂਗੀ ਤੇ ਜੇ ਤੁਸੀਂ ਪੁੱਛ ਲਿਆ ਵੀ ਗਾਣਾ ਕਿਹੜਾ ਤੈਨੂੰ ਨਹੀਂ ਪਸੰਦ ਜੇ ਮੈਂ ਮਤਲਬ ਨਹੀਂ ਬੋਲਣਾ ਹੋਊਗਾ ਮੈਂ ਕਿਹਾ ਨਹੀਂ ਨਹੀਂ ਸਾਰੇ ਵਧੀਆ ਸਾਰੇ ਵਧੀਆ ਮਤਲਬ ਆਪਾਂ ਉਹਨਾਂ 'ਚੋਂ ਤਾਂ ਹੈ ਨਹੀਂ ਆ ਵੀ ਆਪਾਂ ਕਹਿ ਦਈਦਾ ਵੀ ਨਹੀਂ ਸਾਰੇ ਵਧੀਆ ਆਪਣਾ ਕੰਮ ਕਰ ਰਹੇ ਮੈਨੂੰ ਜਿਹੜਾ ਨਹੀਂ ਸੀ ਪਸੰਦ ਮੈਂ ਕਹਿਤਾ ਵੀ ਮੈਨੂੰ ਨਹੀਂ ਵਧੀਆ ਲੱਗਦਾ ਉਹ ਜਿਹੜਾ ਉਹਦਾ ਗਾਣਾ ਆਇਆ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਫੇਮ ਜ਼ਿਆਦਾ ਮਿਲ ਗਿਆ ਉਹਨੂੰ ਅਤੇ ਉਹ ਜਿਹੜਾ ਨਹੀਂ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਵੀ ਸੁਣ ਲਿਆ ਹੋਊਗਾ ਅਤੇ ਮੈਂ ਕਹਿਤਾ ਵੀ ਉਹਦਾ ਮੈਨੂੰ ਗਾਣਾ ਨਹੀਂ ਪਸੰਦ ਆਇਆ ਉਹ ਚੱਕਰ 'ਚ ਜੰਗ ਇੰਨੀ ਕੁ ਜ਼ਿਆਦਾ ਮੁੱਦਾ ਜ਼ਿਆਦਾ ਵੱਧ ਚੁੱਕਿਆ ਕਿ ਲਾਈਕ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿਹੜੀਆਂ ਹੱਦਾਂ ਪਾਰ ਕਰਤੀਆਂ ਉਹਨੇ ਮਤਲਬ ਉਹ ਗਾਣੇ ਪਿੱਛੇ ਆਪਾਂ ਤਾਂ ਜਸਟ ਇੱਕ ਨੋਰਮਲੀ ਗੱਲ ਕੀਤੀ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਥੋੜ੍ਹਾ ਜਿਹਾ ਮਸਾਲਾ ਲਾ ਕੇ ਗੱਲ ਕੀਤੀ ਸੀਗੀ ਅਤੇ ਉਹਨੇ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਹੋਈ ਉਹਦੇ ਤੋਂ ਹੈ ਨਾ ਅਤੇ ਉਹਨੇ ਚੱਕ ਕੇ ਲਾਈ ਵਾਈ ਉਹ ਬਸ ਉਹਨੇ ਮੈਂ ਉਹਨੂੰ ਜਸਟ ਉੱਦਾਂ ਹੀ ਗੱਲ ਕੀਤੀ ਅਤੇ ਉਹਨੇ ਮੈਂਟਲੀ ਟੋਰਚਰ ਕੀਤਾ ਮੈਨੂੰ ਮਤਲਬ ਮੈਂਟਲੀ ਹਰਟ ਕੀਤਾ ਤੁਹਾਡੀ ਜਿਹੜੀ ਵੀਡੀਓ ਸਾਹਮਣੇ ਆ ਰਹੀ ਸੀਗੀ ਜਿਹਦੇ ਵਿੱਚ ਚੈਲੰਜ ਅਸੈਪਟਿਡ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਤੁਹਾਨੂੰ ਚੈਲੰਜ ਦਿੱਤਾ ਸੀਗਾ ਉਹ ਕੌਣ ਸੀ ਉਹ ਮੇਰੇ ਮੇਕਅਪ ਆਰਟਿਸਟ ਨੇ ਐਡੀ ਅਤੇ ਉਹ ਅਸੀਂ ਇੱਦਾਂ ਹੀ ਲਾਈਕ ਬਹੁਤ ਪਹਿਲਾਂ ਵੀ ਅਸੀਂ ਨਾ ਇੱਦਾਂ ਲਾਈਕ ਉਹਨੂੰ ਵੀ ਇੱਕ ਨਾ ਸ਼ੌਂਕ ਆ ਕਿ ਕਹਿੰਦਾ ਮੈਂ ਨਾ ਇੰਟਰਵਿਊ ਵਗੈਰਾ ਲਿਆ ਕਰਨੀ ਜਿੱਦਾਂ ਕੌਫੀ ਵਿਦ ਕਰਨ ਹੁੰਦਾ ਸੀ ਨਾ ਵੀ ਇੱਦਾਂ ਕੌਫੀ ਵਿਦ ਐਡੀ ਹੋਇਆ ਕਰੂਗਾ ਅਤੇ ਉਹ ਮੈਂ ਕਿਹਾ ਚੱਲ ਤੂੰ ਇੰਟਰਵਿਊ ਵਾਲਾ ਕੰਮ ਸ਼ੁਰੂ ਕਰਨਾ ਵਾ ਤੂੰ ਮੇਰੇ ਤੋਂ ਸਟਾਰਟ ਕਰ ਲਾ ਵੀ ਤੂੰ ਮੇਰੀ ਪਹਿਲਾਂ ਇੱਥੋਂ ਆਪਾਂ ਸਨੈਪਚੈਟ ਤਾਂ ਚਲੋ ਲੋਕ ਬਹੁਤ ਦੇਖਦੇ ਨੇ ਹੈ ਨਾ ਅਤੇ ਤੂੰ ਮੇਰੀ ਸਨੈਪਚੈਟ 'ਤੇ ਇੱਦਾਂ ਹੀ ਮੇਰੀ ਇੰਟਰਵਿਊ ਲੈ ਲਾ ਅਤੇ ਉਹ ਅਸੀਂ ਇੰਟਰਵਿਊ ਇੱਦਾਂ ਇੱਦਾਂ ਲੈਂਦੇ ਗਏ ਵਧੀਆ ਚੱਲ ਗਈ ਸਾਡੀ ਅਤੇ ਉਹ ਅਸੀਂ ਇੱਕ ਚੈਲੰਜ ਵਾਲੀ ਗੱਲ ਉਹਨੇ ਕਿਹਾ ਵੀ ਹੁਣ ਤੂੰ ਕੁਛ ਇੱਦਾਂ ਦੀ ਉਹਨੇ ਤਾਂ ਨਹੀਂ ਕੋਈ ਗੱਲ ਕੀਤੀ ਵੀ ਤੂੰ ਕਿਹੜੇ ਗਾਣੇ ਨੂੰ ਮਾੜਾ ਕਹਿਣਾ ਕਿਹੜੇ ਗਾਣੇ ਨੂੰ ਚੰਗਾ ਕਹਿਣਾ ਉਹਨੇ ਮੈਨੂੰ ਜਸਟ ਇੰਨੀ ਗੱਲ ਪੁੱਛੀ ਵੀ ਹੁਣ ਇੱਕ ਚੈਲੰਜ ਵਾਲੀ ਮੈਂ ਤੇਰੇ ਨਾਲ ਇੰਟਰਵਿਊ ਲੈਣੀ ਆ ਹੈਗੇ ਗਟਸ ਤੇਰੇ 'ਚ ਮੈਂ ਹਾਂ ਬਹੁਤ ਗਟਸ ਨੇ ਅਤੇ ਕਹਿੰਦਾ ਚੱਲ ਠੀਕ ਆ ਉਹਨੇ ਪੁੱਛਿਆ ਵੀ ਉਹਨੇ ਪਹਿਲਾਂ ਸਵਾਲ ਹੀ ਇਹ ਪੁੱਛ ਲਿਆ ਵੀ ਤੇਰਾ ਫੇਵਰੇਟ ਗਾਣਾ ਕਿਹੜਾ ਮੈਂ ਕਿਹਾ ਵੀ ਜੱਟ ਲਾਈਫ ਅਤੇ ਕਹਿੰਦਾ ਕਿਹੜਾ ਨਹੀਂ ਪਸੰਦ ਮੈਂ ਕਹਿਤਾ ਵੀ ਉਹਦਾ ਨਾਂ ਲੈ ਦਿੱਤਾ ਹੈ ਨਾ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੀ ਅਤੇ ਉਹ ਚੀਜ਼ ਕਰਕੇ ਵੀ ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਰਾਤ ਨੂੰ ਅਸੀਂ ਤਾਂ ਇੱਕ ਨੋਰਮਲੀ ਬੰਦਾ ਮੇਰੀ ਤੁਸੀਂ ਕਦੀ ਵੀ ਸਨੈਪਚੈਟ ਦੇਖ ਲਿਓ ਮੈਂ ਬਹੁਤ ਫਨ ਕਰਦੀ ਹਾਂ ਲਾਈਕ ਮੇਰੇ ਦਿਲ 'ਚ ਕੁਛ ਨਹੀਂ ਮੈਂ ਬਸ ਸਿੱਧਾ ਬੋਲਣਾ ਹੁੰਦਾ ਜੋ ਬੋਲਣਾ ਮੇਰੇ ਜ਼ਿਆਦਾ ਇਹ ਚੀਜ਼ ਨੂੰ ਲੋਕ ਪੰਗੇ ਸਮਝਣ ਲੱਗ ਪੈਂਦੇ ਵੀ ਪੰਗੇ ਲੈਂਦੀ ਬਟ ਮੇਰਾ ਇੱਦਾਂ ਨਹੀਂ ਆ ਬਟ ਮਤਲਬ ਮੇਰਾ ਥੋੜ੍ਹਾ ਮੈਂ ਵਾਈਡ ਮੇਰਾ ਇੱਦਾਂ ਹੈ ਹੀ ਨਹੀਂ ਕਿਉਂਕਿ ਮੇਰਾ ਇੰਨਾ ਦਿਮਾਗ ਹੀ ਨਹੀਂ ਚੱਲਦਾ ਵੀ ਆਪਾਂ ਇੰਨਾ ਸੋਚਣਾ ਪੈਂਦਾ ਆਪਾਂ ਨੂੰ ਸਨੈਪਚੈਟ ਪਾਉਣ ਲੱਗੇ ਵੀ ਜੋ ਹੈਗਾ ਵਾ ਉਹ ਰਿਐਲਿਟੀ 'ਚ ਜੋ ਚੀਜ਼ ਹੈਗੀ ਉਹ ਪਾਉਣੀ ਆ ਬਸ ਜੋ ਆਪਾਂ ਕਰ ਰਹੇ ਹਾਂ ਉਹ ਪੈਣਾ ਚਾਹੀਦਾ ਸਨੈਪਚੈਟ 'ਤੇ ਐਂਡ ਜਿਹੜਾ ਮੈਨੂੰ ਲਾਈਕ ਡਿਸਲਾਈਕ ਅਤੇ ਲਾਈਕ ਵਾਲਾ ਕੁਐਸਚਨ ਪੁੱਛਣ ਲਈ ਤੁਸੀਂ ਕਹਿੰਦੇ ਹੋ ਫੋਰਸ ਕੀਤਾ ਮੈਨੂੰ ਕਿਸੇ ਨੇ ਫੋਰਸ ਨਹੀਂ ਸੀ ਕੀਤਾ ਇਹ ਮੇਰਾ ਆਪਦਾ ਜਵਾਬ ਸੀਗਾ ਅਤੇ ਤੁਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ ਅਤੇ ਤੁਹਾਡੀ ਜਿਹੜੀ ਇਹ ਬੇਬਾਕ ਪਰਸਨੈਲਿਟੀ ਹੈ ਇਹ ਸਿਰਫ ਤੁਸੀਂ ਇੱਕ ਮਜ਼ਾਕ ਕਰ ਰਹੇ ਸੀਗੇ ਮਤਲਬ ਉਹਦੇ ਪਿੱਛੇ ਕੋਈ ਇੱਦਾਂ ਡੈਰੋਗੇਟਰੀ ਕੁਛ ਨਹੀਂ ਸੀਗਾ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਹੁਣ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ ਉਸ ਗਾਣੇ ਦਾ ਤੁਸੀਂ ਨਹੀਂ ਬੋਲਿਆ ਤੁਹਾਨੂੰ ਹੁਣ ਵੀ ਇਸ ਪੁਆਇੰਟ ਆਫ ਟਾਈਮ ਦੇ ਉੱਤੇ ਕਿਤੇ ਲੱਗਦਾ ਕਿ ਤੁਹਾਨੂੰ ਉਸ ਟਾਈਮ ਦੇ ਉੱਤੇ ਵੀ ਇੱਦਾਂ ਨਾਮ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਕਈ ਵਾਰੀ ਉਹ ਜਿਹੜੀ ਓਪਨ ਹੋਣਾ ਕਿਸੇ ਦਾ ਪੁੱਠਾ ਪੈ ਜਾਂਦਾ ਚੱਕਰ ਇਜ਼ ਕਿ ਹੁਣ ਤੁਸੀਂ ਆਪ ਸੋਚ ਲਓ ਵੀ ਉਹਨੇ ਇੰਨਾ ਕੁ ਦਿਮਾਗ ਖਰਾਬ ਕਰਤਾ ਉਹ ਜਦੋਂ ਲਾਈਵ ਆਈ ਆ ਉਸ ਤੋਂ ਬਾਅਦ ਦਿਮਾਗ ਇੰਨਾ ਖਰਾਬ ਕਰਤਾ ਵੀ ਉਹਦਾ ਨਾਂ ਲੈਣਾ ਵੀ ਮੈਨੂੰ ਮਹਿੰਗਾ ਪੈ ਰਿਹਾ ਵੀ ਕਿ ਇਹੋ ਜਿਹੇ ਬੰਦੇ ਦਾ ਨਾਮ ਹੀ ਨਹੀਂ ਲੈਣਾ ਵੀ ਮੂੰਹ 'ਚ ਚਿੱਕੜ ਕਹਿੰਦੇ ਨਾ ਵੀ ਆਪਣਾ ਹੀ ਮੂੰਹ ਗੰਦਾ ਹੁੰਦਾ ਮਤਲਬ ਮੈਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦੀ ਉਹ ਪਰਸਨੈਲਿਟੀ ਇੱਦਾਂ ਦੀ ਆ ਵੀ ਨਿਫੇਕ ਪਰਸਨੈਲਿਟੀ ਆ ਉਹ ਲੋਕਾਂ 'ਚ ਜੋ ਹੈਗੀ ਆ ਉਹ ਉਹ ਤੋਂ ਅਲੱਗ ਆ ਉਹ ਇੱਥੋਂ ਖੇਡਦੀ ਆ ਉਹ ਸਮਾਰਟ ਵਰਕ ਅਸੀਂ ਇਹੋ ਜਿਹੇ ਹੈ